ਜਲੰਧਰ ਦੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਇੱਕੋ ਇੱਕ ਪਾਰਟੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਜੀ ਦੀ। ਨਸ਼ੇ ਦੀ ਵੱਡੀ ਸਮੱਸਿਆ ਔਰ ਇਹ ਇਕੱਲੇ ਜਲੰਧਰ 'ਚ ਨਹੀਂ, ਇਹ ਪੂਰੇ ਪੰਜਾਬ 'ਚ ਹੀ ਹੈ। ਇਹਨਾਂ ਨੇ ਜਿਹੜੀ ਇਹ ਜੜ ਦਲਦਲ ਦੀ ਲਾਤੀ ਹੈ ਉਹਨੂੰ ਕੱਟਣ ਨੂੰ ਸਾਨੂੰ ਟਾਈਮ ਲੱਗੇਗਾ। ਬੜਾ ਡਾਊਨਫਾਲ ਆ ਗਿਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਇਹਨਾਂ ਕੋਲ ਤਾਂ ਬਹੁਤ ਤਜਰਬੇ ਆ ਕਿਉਂਕਿ ਇਹਨਾਂ ਦੇ ਤਾਂ ਬੱਚੇ ਜਦੋਂ ਜੰਮਦੇ ਆ ਉਦੋਂ ਰਾਜਨੀਤੀ ਦਾ ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਜੰਮਦੇ ਆ। ਕਿੰਨਾ ਸੱਦਾ ਦਿੱਤਾ ਇੱਕ ਦਿਨ ਮੁੱਖ ਮੰਤਰੀ ਸਾਹਿਬ ਨੇ, ਡਿਸਕਸ਼ਨ ਕਰੋ ਸਾਡੇ ਨਾਲ, ਕੁਛ ਕੀਤਾ ਹੋਵੇ ਤਾਂ ਡਿਸਕਸ਼ਨ ਕਰਨ। ਸਤਿ ਸ਼੍ਰੀ ਅਕਾਲ, ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਰਵੀ ਸੰਗਰਾ ਹੋਰ। ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕੁਝ ਘੰਟਿਆਂ ਬਾਅਦ ਸਮਾਪਤ ਹੋਣ ਵਾਲਾ ਹੈ ਔਰ ਡੋਰ ਟੂ ਡੋਰ ਕੰਪੇਨਸ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਔਰ ਕੁਝ ਘੰਟਿਆਂ ਬਾਅਦ ਉਹ ਸਮਾਪਤ ਹੋ ਜਾਣੀਆਂ, ਜਾਣੀ ਮਾਹੌਲ ਸ਼ਾਂਤ ਹੋ ਜਾਏਗਾ। ਮੇਰੇ ਨਾਲ ਇਸ ਵੇਲੇ ਮੈਡਮ ਸਰਬਜੀਤ ਕੌਰ ਮਾਣੂਕੇ ਜੀ ਨੇ ਹੈਗੇ ਨੇ, ਜਗਰਾਓਂ ਤੋਂ ਵਿਧਾਇਕ ਨੇ, ਔਰ ਬਾਈ ਅੰਮ੍ਰਿਤਪਾਲ ਹੋਰੀ ਹੈਗੇ ਨੇ ਸੁਖਾਨੰਦ ਜਿਹੜੇ ਬਾਘਾ ਪੁਰਾਣਾ ਤੋਂ ਵਿਧਾਇਕ ਨੇ, ਔਰ ਇਹਨਾਂ ਤੋਂ ਜਾਣਾਂਗੇ ਕਿ ਜਲੰਧਰ ਛੱਡਣ ਤੋਂ ਪਹਿਲਾਂ ਜਲੰਧਰ ਦੇ ਲੋਕਾਂ ਨੂੰ ਸਮਝਿਆ ਕਿੰਨਾ ਕੁ ਹੈ। ਮੈਮ ਕਿੰਨਾ ਕੁ ਸਮਝਿਆ ਜੀ ਜਲੰਧਰ ਦੇ ਲੋਕਾਂ ਨੂੰ, ਕਿਉਂਕਿ ਹਰ ਹਲਕੇ ਦੀਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਵੱਖਰੀਆਂ ਸਮੱਸਿਆਵਾਂ, ਉਹਨਾਂ ਦੀ ਵੱਖਰੀ ਸੋਚ, ਵੱਖਰੀਆਂ ਡਿਮਾਂਡਸ ਹੁੰਦੀਆਂ ਨੇ, ਤੁਸੀਂ ਹੁਣ ਤੱਕ ਕੀ ਸਮਝੋ? ਜਲੰਧਰ ਕੋਈ ਸਾਡੇ ਤੋਂ ਅਲੱਗ ਨਹੀਂ ਹੈ। ਮੈਂ ਜਗਰਾਓਂ ਤੋਂ ਹਾਂ, ਜਗਰਾਓਂ ਜਲੰਧਰ ਨਾਲ ਨਾਲ ਏਰੀਆ ਲੱਗਦਾ ਜਲੰਧਰ ਦਾ। ਸਮੱਸਿਆਵਾਂ ਤਾਂ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਹੈ। ਸਾਨੂੰ ਵੀ ਗੁੱਡ ਗਵਰਨੈਂਸ ਚਾਹੀਦੀ ਹੈ। ਜਿਹੜੇ ਲੋਕ ਇੱਥੇ ਕਹਿ ਰਹੇ ਆ ਵੀ ਇੰਨੇ ਸਾਲਾਂ ਤੋਂ ਲਗਾਤਾਰ ਐਮ ਪੀ ਬਣਾਉਂਦੇ ਆਏ ਆ ਪਰ ਕਿਸੇ ਐਮ ਪੀ ਬਣ ਕੇ ਕਿਸੇ ਨੇ ਸਾਰ ਨਹੀਂ ਲਈ, ਜਿਹੜੀਆਂ ਪਾਰਟੀਆਂ ਉਹਨਾਂ ਨੂੰ ਐਮ ਪੀ ਬਣਾਉਂਦੀਆਂ ਜਦੋਂ ਉਹੀ ਪਾਰਟੀਆਂ ਪੰਜਾਬ ਦੇ ਵਿੱਚ ਮੁੜ ਕੇ ਸਰਕਾਰ ਬਣਨ ਤੋਂ ਬਾਅਦ ਸਾਰ ਨਹੀਂ ਲੈਂਦੀਆਂ। ਅਤੇ ਹੁਣ ਜਲੰਧਰ ਦੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਇੱਕੋ ਇੱਕ ਪਾਰਟੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਜੀ ਦੀ, ਜਿਹੜੀ ਜਿਹੜਾ ਵਾਅਦਾ ਕਰਦੀ ਹੈ ਉਹ ਪੂਰਾ ਕਰਦੀ ਹੈ। ਚਾਹੇ ਉਹ ਜ਼ੀਰੋ ਬਿਜਲੀ ਬਿੱਲ ਲੋਕਾਂ ਦੇ, ਉਹ ਲੋਕ ਖੁਸ਼ ਹੈ। ਇਹਦੇ 'ਚ ਅਸੀਂ ਜਾਤ ਪਾਤ ਧਰਮ ਦਾ ਭੇਦਭਾਵ ਹੀ ਮਿਟਾਤਾ। ਜਿਹੜਾ ਬੰਦਾ ਉਨੀ ਰੇਂਜ ਵਰਤਦਾ, ਉਹ ਚਾਹੇ ਕੋਈ ਚੰਗਾ ਪਰਿਵਾਰ ਆ ਚਾਹੇ ਕੋਈ ਮਾੜਾ ਪਰਿਵਾਰ ਆ। ਵਪਾਰੀ ਵਰਗ ਪਹਿਲੀ ਵਾਰੀ ਕਹਿ ਰਿਹਾ ਵੀ ਸਾਨੂੰ ਦਿੱਤੇ ਟੈਕਸ ਦਾ ਸਾਡੇ ਦਾ ਮੁੱਲ ਮੁੜ ਰਿਹਾ। ਪਹਿਲੀ ਸਰਕਾਰ ਆ ਜਿਹੜੀ ਸਾਨੂੰ ਵੀ ਕੁਛ ਦੇ ਰਹੀ ਹੈ, ਲੋਕ ਇਹ ਤੋਂ ਖੁਸ਼ ਹੈ ਜੀ। ਨਸ਼ੇ ਦੀ ਸਮੱਸਿਆ ਹੈ ਸਾਰੇ ਪਾਸੇ, ਜਲੰਧਰ ਦੇ ਵਿੱਚ ਵੀ ਅਸੀਂ ਜਦੋਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਕਹਿੰਦੇ ਕਿ ਠੀਕ ਹੈ ਬਾਕੀ ਕੰਮ ਠੀਕ ਹੈ ਹੋ ਰਹੇ ਆ, ਪਰ ਨਸ਼ਾ ਖਤਮ ਨਹੀਂ ਹੋ ਰਿਹਾ, ਨਸ਼ੇ ਦੀ ਵੱਡੀ ਸਮੱਸਿਆ, ਔਰ ਇਹ ਇਕੱਲੇ ਜਲੰਧਰ 'ਚ ਨਹੀਂ, ਇਹ ਪੂਰੇ ਪੰਜਾਬ 'ਚ ਹੀ ਹੈ। ਕੀ ਇੱਦਾਂ ਦੀ ਸ਼ਿਕਾਇਤ ਤੁਸੀਂ ਮਾਵਾਂ ਨੂੰ ਮਿਲਦੇ ਹੋ ਜਾ ਕੇ, ਭੈਣਾਂ ਨੂੰ ਮਿਲਦੇ ਹੋ ਜਾ ਕੇ, ਤੁਹਾਨੂੰ ਸ਼ਿਕਾਇਤ ਕੀਤੀ ਹੈ? ਤੁਹਾਨੂੰ ਲੱਗਦਾ ਹੈ ਕਿ ਇੱਥੇ ਵਾਕਈ ਇੱਕ ਸਮੱਸਿਆ ਹੈ ਜਿਹੜੀ ਮਤਲਬ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਜ਼ਰੂਰਤ? ਦੇਖੋ ਜੀ, ਘਰ ਦੀ ਔਰਤ ਸਭ ਤੋਂ ਪਹਿਲਾਂ ਪੀੜਤ ਹੁੰਦੀ ਹੈ, ਚਾਹੇ ਉਹ ਰਿਸ਼ਵਤਖੋਰੀ ਹੋਵੇ, ਚਾਹੇ ਉਹ ਨਸ਼ਾ ਹੋਵੇ ਜਾਂ ਬੇਰੁਜ਼ਗਾਰੀ ਹੋਵੇ। ਕਿਉਂਕਿ ਇੱਕ ਮਾਂ, ਇੱਕ ਭੈਣ ਸਭ ਤੋਂ ਪਹਿਲਾਂ ਪੀੜਤ ਹੋ ਜਾਂਦੀ ਹੈ ਜੇ ਉਹਦਾ ਭਰਾ ਕਿਸੇ ਨਾ ਕਿਸੇ ਤਰ੍ਹਾਂ ਵਿਹਲਾ ਫਿਰਦਾ ਹੋਵੇ ਜਾਂ ਕੋਈ ਨਸ਼ੇ 'ਚ ਲੱਗਿਆ ਹੋਵੇ। ਇਸ ਕਰਕੇ ਔਰਤਾਂ ਅਕਸਰ ਗੱਲ ਕਰਦੀਆਂ, ਪਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਜਿਹੜਾ ਬੂਟਾ ਅਕਾਲੀ ਪਾਰਟੀ ਦੀ ਸਰਕਾਰ 'ਚ ਲੱਗਿਆ ਸੀ ਅਤੇ ਕਾਂਗਰਸ ਨੇ ਉਹਨੂੰ ਪਾਣੀ ਪਾਇਆ, ਉਹ ਇਹਨਾਂ ਦੇ ਘੱਟੋ ਘੱਟ ਇਹਨਾਂ ਦੇ ਐੱਮ ਐੱਲ ਏ, ਇਹਨਾਂ ਦੇ ਮਿਨਿਸਟਰ, ਇਹਨਾਂ ਦੇ ਮੰਤਰੀ ਕੋਸ਼ਿਸ਼ 100% ਕਰ ਰਹੇ ਵੀ ਇਸ ਨੈਕਸਸ ਨੂੰ ਤੋੜ ਦੇਈਏ। ਕਿੰਨੀਆਂ ਵੱਡੀਆਂ ਵੱਡੀਆਂ ਖੇਪਸ ਫੜੀਆਂ ਜਾ ਰਹੀਆਂ ਨਸ਼ੇ ਦੇ ਨਾਲ, ਜਿਹੜਾ ਜਿਹੜਾ ਬੰਦਾ ਫੜਿਆ ਜਾ ਰਿਹਾ ਕੋਈ ਬਖਸ਼ਿਆ ਨਹੀਂ ਜਾ ਰਿਹਾ। ਸਾਡੇ ਸਿੰਗਲ ਐੱਮ ਐੱਲ ਏ ਦੀ, ਪੂਰੇ ਪੰਜਾਬ ਦੇ ਵਿੱਚ ਸਾਡੇ ਸਿੰਗਲ ਐੱਮ ਐੱਲ ਏ ਦੀ, ਸਾਡੇ ਕਿਸੇ ਵੀ ਪਾਰਟੀ ਕਾਰਿਆਕਰਤਾ ਦੀ ਕੋਈ ਸਿਫਾਰਿਸ਼ ਨਹੀਂ ਜਾਂਦੀ ਜੇ ਕੋਈ ਨਸ਼ੇ ਵਾਲਾ ਫੜਿਆ ਜਾਂਦਾ। ਠੀਕ ਹੈ, ਇਹਨਾਂ ਨੇ ਜਿਹੜੀ ਇਹ ਜੜ ਦਲਦਲ ਦੀ ਲਾਤੀ ਹੈ ਉਹਨੂੰ ਕੱਟਣ ਨੂੰ ਸਾਨੂੰ ਟਾਈਮ ਲੱਗੇਗਾ, ਉਹਨੂੰ ਰੀਸੈਟ ਕਰਨ ਨੂੰ ਟਾਈਮ ਲੱਗੇਗਾ, ਪਰ ਲੋਕ ਇਸ ਗੱਲ ਨੂੰ ਮੰਨਦੇ ਆ ਵੀ ਇਹ ਸਰਕਾਰ ਜ਼ਰੂਰ ਕੁਛ ਨਾ ਕੁਛ ਕਰਕੇ ਜਾਏਗੀ। ਅਤੇ ਇੱਕ ਗੱਲ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਕਹਿੰਦੇ ਹਾਂ ਵੀ ਸਾਡਾ ਇਹ ਲੋਕਾਂ ਨੇ ਧੀਆਂ ਪੁੱਤਾਂ ਦੀ ਜ਼ਿੰਦਗੀ ਨਾਲ ਖੇਡਣ ਦਾ ਕੋਈ ਮਕਸਦ ਨਹੀਂ ਹੈ। ਇਹ ਜਿਹੜੀ ਲੱਤ ਲੋਕਾਂ ਨੂੰ ਲੱਗੀ ਹੋਈ ਆ ਉਹਦੇ ਤੋਂ ਲਿਆ ਕੇ ਜਦੋਂ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰ ਰਹੇ ਹਾਂ, ਨੌਕਰੀਆਂ ਦੇ ਸਾਧਨ ਪੈਦਾ ਕਰ ਰਹੇ ਹਾਂ, ਉਹਦੇ 'ਚ ਲੋਕਾਂ ਨੂੰ ਵਿਸ਼ਵਾਸ ਬਣ ਰਿਹਾ ਵੀ ਇਹ ਸਰਕਾਰ ਸਾਡੇ ਲਈ ਕੁਛ ਕਰੇਗੀ। ਤੁਸੀਂ ਆਪਣੇ ਹਲਕੇ ਦੇ ਵਿੱਚ ਖਾਸ ਤੌਰ 'ਤੇ, ਇਹ ਆਮ ਜੀ ਗੱਲ ਹੈ, ਖੁੰਡਾ ਖੁੰਡ ਚਰਚਾ ਹੁੰਦੀ ਹੈ, ਗਲੀਆਂ ਨੁੱਕੜਾਂ 'ਤੇ ਗੱਲ ਹੁੰਦੀ ਹੈ ਕਿ ਨਸ਼ਾ ਕਦੇ ਵੀ ਲੀਡਰ ਜਾਂ ਫਿਰ ਪੁਲਿਸ ਦੀ ਸ਼ਹਿ ਤੋਂ ਬਿਨਾਂ ਨਹੀਂ ਵਿਕਦਾ, ਕਿਉਂਕਿ ਹਰ ਬੰਦੇ ਨੂੰ ਡਰ ਹੁੰਦਾ ਕਾਨੂੰਨ ਦਾ ਕਿ ਜੇ ਮੈਂ ਫੜਿਆ ਗਿਆ ਤਾਂ ਮੈਨੂੰ ਜੇਲ੍ਹ ਜਾਣਾ ਪਊਗਾ, ਪਰ ਜੇ ਉਹਦੇ 'ਤੇ ਕਾਨੂੰਨ ਦਾ ਹੀ ਹੱਥ ਹੋਵੇ ਤਾਂ ਫਿਰ ਬੰਦਾ ਬੇਝਿਜਕ ਬੇਫਿਕਰੀ ਦੇ ਨਾਲ ਕਰਦਾ। ਤੁਸੀਂ ਆਪਣੇ ਹਲਕੇ ਦੇ ਵਿੱਚ ਇਹਨੂੰ ਕੰਟਰੋਲ ਕਰਨ ਦੇ ਲਈ ਕੁਛ ਵੱਖਰੇ ਤਰੀਕੇ ਦੇ ਹੁਕਮ ਜਾਂ ਕੁਝ ਵੱਖਰੇ ਤਰੀਕੇ ਦੀ ਕੋਈ ਕੰਪੇਨ ਕੀਤੀ ਹੈ? ਅਸੀਂ ਇੱਕ ਰੋਡ ਸ਼ੋਅ ਕੱਢਿਆ ਸੀ, ਰੋਡ ਸ਼ੋਅ ਦੇ ਵਿੱਚ ਅਸੀਂ ਉਹ ਪਿੰਡਾਂ ਨੂੰ ਸਨਮਾਨਿਤ ਕੀਤਾ ਸੀ ਜਿਹੜੇ ਪਿੰਡ ਦੇ ਪਿੰਡ ਨਸ਼ਾ ਮੁਕਤ ਹੋ ਰਹੇ ਆ।
पहले रोड शो च 4 सी, दूजे रोड शो च 7 सी। इलैक्शन करके असी बक्स टेक के हुण असी अगे सोचा है सरपंचां नूं सन्मानित करांगे जिहड़े पिंडां दे आ, पुलिस का साथ लवांगे, असी लोगों नूं सुचेत भी करते हैं जिहड़े नशा जिहड़े सरपंचां ने पिंड दे विच नशा खत्म करवाया, हाँ जी उन्हां नूं सन्मानित करांगे, उन्हां दा साथ लवांगे। दूजी गल इह है तुसीं कहा भी लीडर ते पुलिस तों बिना इह व्यक्ति नहीं, लोगों नूं पता भी इको एक भगवंत मान की सरकार ऐसी है जे कोई आपदा गलती करे उन्हों भी नहीं बख्शता, जे कोई दूजा गलती करे उन्हों भी नहीं बख्शा। जदों कैप्टन सरकार सी कैप्टन फाइलां चक चक के कैप्टन साहब सोनिया जी को जाते सी भी आह भ्रष्ट मंत्री है कढ़ दे, वो कहिंदे सी टिक के बैठा रहे, वो चुप करके बैठ जाता सी। साढ़े इह जिहा कुछ नहीं है, साडा आ मेरा छोटा भरा बैठा अमृतपाल, असी तां इन्हां लोगों के दुखों चों ही आए हैं ते असी इन्हां अपणियां नूं साढ़े को बहुते महल मनारे नहीं खड़े हुए, असी इन्हां लोगों नूं अपने चाचे मामे ताएं भैन भरावां नूं मार के राजनीति करांगे तां की करांगे। वैसे एक गल मैं इह भी कहनी है, कुदरत दी परमात्मा दी दरगाह दे विच कुदरत दी कृपा नूं झल के कोई जिउंदा रहा, जे असी किसी दे पुत लई नशे दा बूटा लाता ते किते ना किते आउणे तां आप दी। भाई अमृतपाल जी साढ़े नाल ने, भाई जी जदों कोई नौजवान लीडर किसी घर दे विच जांदा है वोट मंगण दे लई जां मिलण दे लई, उत्थे नौजवान भी मिलदे आ, उत्थे मावां भैणां भी मिलदियां, एक नौजवान लीडर देख के उन्हां दी इच्छावां होर वध जांदियां कि नौजवान मुंडा है कुछ चंगा करूगा। थानू कुछ इदां दे लोक इदां दे मिले, थानू लगा कुछ वखरा कि हाँ लोग कुछ चंगीआं चीज़ां दे लई डिमांड कर रहे? बिल्कुल, सब तो पहला तुहाडे चैनल दा बहुत बहुत धन्नवाद। जदों ग्राउंड ते जांदे आ लोक जांदे आ, सब तो वड्डी तां खुशी लोकां दे मनां दे विच दिलां दे विच इक उम्मीद जगदी आ भी जिहड़ी राजनीति नूं आपां पहलां कहिंदे सी भी भाई इह तां शाही घराणिआं दी आ, जां प्यो एम एल ए होवे दादा होवे तां उहदा मुंडा ही बन सकदा कुछ, तां जदों उहनां चीज़ां चों हट के जदों असीं जांदे आ लोकां कोल जांदे आ, उहनां दे कम्म कराउंदे आ, उहनां दे दुखां सुखां च खड़दे आ, तां उहनां दे बच्चिआं नूं एक उम्मीद पैदा होंदी आ भी साडे बच्चे भी ऑफिसर बन सकदे आ, साडे बच्चे भी राजनीति दे विच भी आ सकदे आ। तो ये निक्की गल नहीं, ये वड्डियां गल्लां ने, इन्हां दा रिजल्ट एकदम पता नहीं लगना गा। बड़े लोग आम आदमी पार्टी दा रिजल्ट एक साल दा कढ के मूहरे रख देंदे ने, पर जिहड़े काम आम आदमी पार्टी कर रही है, जिहड़ी जड़ असीं मजबूत कर रहे हैं, इहदे रिजल्ट आउण वाले 10-20-30 सालां तक जां जदों साडी सरकार लास्ट साल दे विच होऊ, 4 साल कंप्लीट होणगे ਤਾਂ ਉਦੋਂ ਨਿਕਲ ਕੇ ਸਾਹਮਣੇ ਆਉਣਗੇ, ਤਾਂ ਇਹ ਛੋਟੀਆਂ ਗੱਲਾਂ ਨਹੀਂ ਵੱਡੀਆਂ ਗੱਲਾਂ ਨੇ। ਤੁਸੀਂ ਕੋਈ ਆਪਣੇ ਹਲਕੇ ਦੀ, ਕਿਉਂਕਿ ਤੁਹਾਡੇ ਹਲਕੇ ਜ਼ਿੰਮੇਵਾਰੀ ਤੁਹਾਡੇ 'ਤੇ ਆ, ਜਗਰਾਓਂ ਹਲਕੇ ਦੀ ਜ਼ਿੰਮੇਵਾਰੀ ਭੈਣ ਜੀ ਹੋਰਾਂ 'ਤੇ ਆ, ਆਪਣੇ ਹਲਕੇ ਦੀ ਕੋਈ ਉਦਾਹਰਣ ਦਿੰਦੇ ਹੋ ਜਦੋਂ ਲੋਕਾਂ ਨੂੰ ਮਿਲਦੇ ਹੋ ਕਿ ਮੈਂ ਆਪਣੇ ਹਲਕੇ ਦੇ ਵਿੱਚ ਆਹ ਕੀਤਾ, ਕਿਉਂਕਿ ਲੋਕ ਤੁਹਾਡੇ ਹਲਕੇ ਦੇ ਲੋਕ ਤੁਹਾਨੂੰ ਜਾਣਦੇ ਨੇ, ਇਸ ਹਲਕੇ ਦੇ ਲੋਕ ਹੋ ਸਕਦਾ ਤੁਹਾਨੂੰ ਹੁਣ ਜਾਣਨ ਲੱਗੇ ਹੁਣ, ਇਸ ਤੋਂ ਪਹਿਲਾਂ ਨਹੀਂ ਜਾਣਦੇ ਸੀ, ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਕਿ ਮੈਂ ਆਪਣੇ ਹਲਕੇ ਦੇ ਵਿੱਚ ਆਹ ਉਦਾਹਰਣ ਪੇਸ਼ ਕੀਤੀ ਹੈ ਜੋ ਤੁਹਾਡੇ ਵੀ ਇੱਥੇ ਹੋ ਸਕਦੀ ਹੈ, ਤੁਹਾਡਾ ਵੀ ਆਹ ਫਾਇਦਾ ਹੋ ਸਕਦਾ? ਬੜੀਆਂ ਗੱਲਾਂ ਨੇ। ਪੰਜਾਬ ਸਾਡੇ ਆਮ ਆਦਮੀ ਪਾਰਟੀ ਦੇ ਇੱਕ ਸਾਲ ਤੋਂ ਪਹਿਲਾਂ ਕਰਪਸ਼ਨ ਦੀ, ਸਰਕਾਰੀ ਦਫ਼ਤਰਾਂ ਦੇ ਵਿੱਚ ਪੈਸਿਆਂ ਦੀ ਬੜੀ ਵੱਡੀ ਦਲਦਲ ਦੇ ਵਿੱਚ ਫਸਿਆ ਸੀਗਾ। ਇੱਕ ਸਾਲ ਦਾ ਜਾਂ ਸੜਕ ਦੇ ਵਿੱਚੋਂ ਕਮਿਸ਼ਨ, ਕਚਹਿਰੀਆਂ 'ਚੋਂ ਕਮਿਸ਼ਨ, ਠਾਰਿਆਂ 'ਚੋਂ ਕਮਿਸ਼ਨ, ਹਰ ਇੱਕ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਕਮਿਸ਼ਨ, ਇਹਨੂੰ ਤਾਂ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਸੀ ਉਹ ਤਾਂ ਇੱਕ ਨੰਬਰ ਦੀ ਕਮਾਈ ਮੰਨਦੇ ਹੁੰਦੇ ਸੀ। ਮੇਰੇ ਹਲਕੇ ਦੇ ਵਿੱਚ ਵੀ ਲਗਭਗ 32-35 ਲੱਖ ਰੁਪਇਆ ਮੋਟਾ ਮੋਟਾ, ਜਿਹੜਾ ਹੁਣ ਸਾਨੂੰ ਅਫਸਰ ਗਣਾਉਂਦੇ ਨੇ ਵੀ ਮੈਂ ਦੇ ਕੇ ਆਉਂਦਾ ਹੁੰਦਾ ਸੀ ਭਾਈ, ਵੀ ਮੇਰਾ ਤਾਂ ਥਾਣੇ ਦਾ 2 ਲੱਖ ਬੰਨਿਆ ਸੀ, ਕਚਹਿਰੀਆਂ ਦਾ, ਰਜਿਸਟਰੀਆਂ ਦਾ ਬੰਨੇ ਹੋਏ ਸੀ ਪੈਸੇ। ਉਹ ਜਦੋਂ ਉਹ ਚੀਜ਼ਾਂ ਸਾਰੀਆਂ ਬੰਦ ਹੋਈਆਂ ਤਾਂ ਜਦੋਂ ਲੋਕ ਦਫ਼ਤਰਾਂ 'ਚ ਜਾਂਦੇ ਨੇ, ਹੁਣ ਅਫਸਰ ਚੰਗੀ ਤਰ੍ਹਾਂ ਪਿਆਰ ਦੇ ਨਾਲ ਉਹਨਾਂ ਨੂੰ ਡੀਲ ਕਰਦੇ ਨੇ, ਜਾਂ ਜਦੋਂ ਐੱਮ ਐੱਲ ਏ ਕੋਲ ਆਉਂਦੇ ਨੇ, ਸਾਡੇ ਕੋਲ ਆਉਣ ਦੇ ਲਈ ਕਿਸੇ ਨੂੰ ਪਿੰਡ 'ਚੋਂ 5-7 ਬੰਦੇ ਇਕੱਠੇ ਕਰਨ ਦੀ ਲੋੜ ਨਹੀਂ ਪੈਂਦੀ, ਕਿਸੇ ਨੂੰ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਮੇਰੇ ਪੀਏ ਨਾਲ ਗੱਲ ਕਰਨ ਦੀ ਲੋੜ ਨਹੀਂ ਪੈਂਦੀ, ਕਿਸੇ ਨੂੰ ਆਪਦਾ ਦੁੱਖ ਸੁੱਖ ਦੱਸਣ ਦੇ ਲਈ ਵਿਚਾਲੇ ਬੰਦੇ ਨਹੀਂ ਪਾਉਣੇ ਪੈਂਦੇ। ਜਾਂ ਅਸੀਂ ਹੁਣ ਉਹਨਾਂ ਲੋਕਾਂ ਦੇ ਵਿੱਚੋਂ ਹੀ ਆਏ ਹਾਂ, ਆਮ ਲੋਕਾਂ ਦੇ ਵਿੱਚੋਂ, ਲਗਭਗ ਸਾਨੂੰ ਲੋਕਾਂ ਦੀਆਂ ਸਾਰੀਆਂ ਤਕਲੀਫਾਂ ਪਤਾ ਹੀ ਨੇ, ਬਾਕੀਆਂ ਨੂੰ ਪਤਾ ਨਹੀਂ ਸੀਗੀਆਂ। ਉਹ ਤਾਂ ਬਸ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ 2017 ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਇਹ ਚੱਲਦਾ ਸੀ ਵੀ ਐੱਮ ਐੱਲ ਏ ਜਿੱਤ ਕੇ ਚੰਡੀਗੜ੍ਹ ਚੱਲ ਜਾਂਦੇ ਸੀ ਅਤੇ ਵੋਟਾਂ ਤੋਂ 6 ਮਹੀਨੇ ਪਹਿਲਾਂ ਹੀ ਆਉਂਦੇ ਸੀਗੇ। ਤਾਂ ਇਹ ਜਦੋਂ ਚੀਜ਼ਾਂ ਅਸੀਂ ਇੱਥੇ ਦੱਸਦੇ ਹਾਂ, ਜਲੰਧਰ ਦੇ ਵਿੱਚ ਐੱਮ ਪੀ ਲਗਾਤਾਰ ਕਾਂਗਰਸ ਦਾ ਬਣਦਾ ਆ ਰਿਹਾ, ਜਲੰਧਰ ਦੇ ਵਿੱਚ ਜ਼ਿਆਦਾਤਰ ਐੱਮ ਐੱਲ ਏ ਨੇ ਜਿਹੜੇ ਉਹ ਕਾਂਗਰਸ ਦੇ ਜਿੱਤੇ ਨੇ, ਜਾਂ ਜਲੰਧਰ ਇਹ ਮੰਨ ਲਈਏ ਵੀ ਪਹਿਲਾਂ
ਕਾਂਗਰਸ ਦਾ ਹੀ ਗੜ ਸੀਗਾ। ਤਾਂ ਜਦੋਂ ਲੋਕਾਂ ਨੂੰ ਅਸੀਂ ਦੱਸਦੇ ਹਾਂ, ਡੋਰ ਟੂ ਡੋਰ ਜਾਂਦੇ ਹਾਂ, ਮੇਰੇ ਨਾਲ ਦੀ ਟੀਮ ਕਹਿੰਦੀ ਹੈ ਜੀ ਐਮ ਐਲ ਏ ਸਾਹਿਬ ਆਏ ਨੇ, ਤਾਂ ਉਹ ਹੈਰਾਨ ਹੋ ਜਾਂਦੇ ਨੇ ਵੀ ਅੱਛਾ ਯਾਰ ਤੁਸੀਂ ਐਮ ਐਲ ਏ ਸਾਹਿਬ ਗੇਟ 'ਤੇ ਵੀ ਆਉਂਦੇ ਹੋ ਤੁਸੀਂ। ਤਾਂ ਇਹਨਾਂ ਲਈ ਤਾਂ ਕਦੇ ਆਏ ਨਹੀਂ, ਇਹਨਾਂ ਨੇ ਜਲੰਧਰ ਵਾਲਿਆਂ ਨੇ ਕਦੇ ਲੋਕਾਂ ਨੇ ਦੇਖਿਆ ਹੀ ਨਹੀਂ ਸੀਗਾ। ਤਾਂ ਜਦੋਂ ਹੁਣ ਅਸੀਂ ਆਏ ਹਾਂ ਸਾਰਿਆਂ ਕੋਲ, ਤਾਂ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ। ਲੋਕ ਪੜ੍ਹੇ ਲਿਖੇ ਬਹੁਤ ਨੇ, ਸਮਝਦਾਰ ਬਹੁਤ ਨੇ ਇੱਥੋਂ ਦੇ, ਤਾਂ ਉਹ ਕੰਪੈਰੀਜ਼ਨ ਕਰਦੇ ਨੇ ਵੀ ਇੱਕ ਜਿਨ੍ਹਾਂ ਨੂੰ ਅਸੀਂ ਇੰਨੇ ਸਾਲਾਂ ਤੋਂ ਐਮ ਪੀ ਜਿਤਾਈ ਗਏ, ਇੱਕ ਤਾਂ ਉਹ ਨੇ, ਇੱਕ ਜਿਹੜੇ ਇਹ ਨਵੇਂ ਮੁੰਡੇ ਨੇ ਇਹ ਨੇ। ਤਾਂ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਨਵੇਂ ਨੇ ਨਾ ਇਹ ਸਾਡੇ ਵਰਗੇ ਨੇ, ਤਾਂ ਉਹ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੂੰ ਸਾਥ ਦੇਣਗੇ ਅਤੇ ਸਾਨੂੰ ਯਕੀਨ ਵੀ ਆ ਉਹਨਾਂ 'ਤੇ। ਅਤੇ ਇਹ ਚੇਂਜ ਤੁਸੀਂ ਆਉਣ ਵਾਲੇ 2-3 ਦਿਨ ਦੇ ਵਿੱਚ ਦੇਖੋਗੇ ਜਲੰਧਰ ਦੇ ਵਿੱਚ। ਭੈਣ ਜੀ ਮੈਨੂੰ ਇੱਕ ਯਾਦ ਆ ਗਿਆ, ਜਦੋਂ ਸੈਸ਼ਨ ਚੱਲ ਰਿਹਾ ਸੀ ਵਿਧਾਨ ਸਭਾ ਦਾ, ਉਸ ਵੇਲੇ ਜਦੋਂ ਖਤਮ ਹੋ ਗਿਆ ਅਤੇ ਬਾਜਵਾ ਸਾਹਿਬ ਦਾ ਇੱਕ ਬਿਆਨ ਆਉਂਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ, ਕਿ ਜਿੰਨੇ ਬੰਦੇ ਚੁਣ ਕੇ ਆਏ ਨੇ ਅੰਦਰ, ਹਾਲਾਂਕਿ ਤੁਸੀਂ ਤਾਂ ਪੁਰਾਣੇ ਲੀਡਰ ਹੋ, 2-3 ਵਾਰ ਇਸ ਤੋਂ ਪਹਿਲਾਂ ਵਿਧਾਨ ਸਭਾ ਚਲੇ ਗਏ ਹੋ, ਜਿਵੇਂ ਅੰਮ੍ਰਿਤਪਾਲ ਹੋਰੀ ਹੈਗੇ ਨੇ ਪਹਿਲੀ ਵਾਰ ਗਏ ਨੇ, ਉਹਨਾਂ ਨੇ ਉਸ ਸੰਦਰਭ ਦੇ ਵਿੱਚ ਕਿਹਾ ਕਿ ਚੁਣ ਕੇ ਆ ਗਏ ਬੰਦੇ, ਇਹਨਾਂ ਬੰਦਿਆਂ ਨੂੰ ਨਾ ਤਾਂ ਵਿਧਾਨ ਸਭਾ ਦੇ ਵਿੱਚ ਬੈਠਣ ਦਾ ਪਤਾ, ਨਾ ਇਹਨਾਂ ਨੂੰ ਵਿਧਾਨ ਸਭਾ ਦੀ ਮਰਿਆਦਾ ਪਤਾ। ਔਰ ਉਹ ਕਹਿੰਦੇ ਵੀ ਇੱਕ ਡਾਊਨਫਾਲ ਬਹੁਤ ਆ ਗਿਆ, ਕਹਿੰਦੇ ਭਗਵੰਤ ਮਾਨ ਦੀ ਸਰਕਾਰ ਆਈ, ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਦਾ ਜ਼ਿਕਰ ਕਰਦੇ ਨੇ ਕਿ ਇੱਕ ਬੜਾ ਡਾਊਨਫਾਲ ਆ ਗਿਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਇਸ ਸੰਦਰਭ ਦੇ ਵਿੱਚ ਉਹਨਾਂ ਕਿਹਾ ਕਿ ਇਹਨਾਂ ਨੂੰ ਤਾਂ ਵਿਧਾਨ ਸਭਾ ਦੇ ਵਿੱਚ ਬੈਠਣ ਤੱਕ ਦਾ ਨਹੀਂ ਪਤਾ। ਦੇਖੋ ਜੀ, ਭਗਵੰਤ ਮਾਨ ਸਾਹਿਬ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ। ਉਹਨਾਂ ਨੇ ਸੈਸ਼ਨ ਲਾਈਵ ਕਿਉਂ ਚਲਾਇਆ? ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਅੰਦਰ ਕੁਛ ਬੋਲਦੇ ਨਹੀਂ ਸੀ, ਲੋਕਾਂ ਨੂੰ ਆ ਕੇ ਬਾਹਰ ਕਹਿੰਦੇ ਸੀ ਅਸੀਂ ਆਹ ਕਰਿਆ ਏ। ਸਾਡੇ ਲੋਕਾਂ ਨੂੰ ਅੰਮ੍ਰਿਤਪਾਲ ਬੀ ਟੈਕ ਐਮ ਟੈਕ ਮੈਡਪ ਮੈਂ ਪੋਸਟ ਗ੍ਰੈਜੂਏਟ, ਠੀਕ ਹੈ, ਸਾਰੇ ਪੜ੍ਹੇ ਲਿਖੇ ਆ, ਜਿੰਨੀ ਕੁਆਲੀਫਾਈ ਡਾਕਟਰ ਸਾਡੇ ਕੋਲ 12-13, ਟੀਚਰਸ ਦੇ ਪ੍ਰੋਫੈਸ਼ਨ ਦੇ ਸਾਡੇ ਕੋਲ 10-11, ਅਤੇ ਬੀ ਟੈਕ ਐਮ ਟੈਕ ਲੜਕੇ ਬੈਠੇ ਆ ਸਾਡੇ ਕੋਲ ਐਮ ਐਲ ਏ ਸ਼ਿਪ ਦੇ ਵਿੱਚ। ਸਾਡਿਆਂ ਨੂੰ ਤਜਰਬਾ ਇਹ ਜ਼ਰੂਰ ਨਹੀਂ ਹੈਗਾ ਵੀ ਅਸੀਂ ਕਿਵੇਂ ਲੋਕਾਂ ਨੂੰ ਲੁੱਟਣਾ, ਸਾਡਿਆਂ ਨੂੰ ਇਹ ਤਜਰਬਾ ਕੋਈ ਨਹੀਂ ਹੈ ਵੀ ਅਸੀਂ ਕਿਵੇਂ ਲੋਕਾਂ ਦੇ ਹੱਕ ਖਾਣੇ ਆ, ਪਰ ਸਾਡਿਆਂ ਨੂੰ ਇਹ ਤਜਰਬਾ ਉਹਨਾਂ ਤੋਂ ਕਿਤੇ ਜ਼ਿਆਦਾ ਵੀ ਅਸੀਂ ਲੋਕਾਂ ਦੇ ਕੰਮ ਲੜ ਕੇ ਕਿਵੇਂ ਕਰਾਉਣੇ ਆ। ਇੱਕੋ ਇੱਕ ਸਾਡੇ ਐਮ ਐਲ ਏ ਆ ਜਿਹੜੇ ਪ੍ਰਸ਼ਨ ਪੜ੍ਹ ਕੇ ਆਪਦੇ ਹਲਕੇ ਦੇ ਲੋਕਾਂ 'ਚ ਬੈਠ ਕੇ ਪ੍ਰਸ਼ਨ ਲੈ ਕੇ ਜਾਂਦੇ ਆ, ਕਾਲ ਅਟੈਂਸ਼ਨ ਮੋਸ਼ਨ ਬਜਟ 'ਤੇ ਬਹਿਸ ਕਰਦੇ ਆ, ਗਵਰਨਰ ਐਡਰੈਸ 'ਤੇ ਬਹਿਸ ਕਰਦੇ ਆ, ਇਹਨਾਂ ਦੀ ਵਿਰੋਧੀ ਧਿਰ ਆ, ਇਹਨਾਂ ਕੋਲ ਤਾਂ ਬਹੁਤ ਤਜਰਬੇ ਆ, ਕਿਉਂਕਿ ਇਹਨਾਂ ਦੇ ਤਾਂ ਬੱਚੇ ਜਦੋਂ ਜੰਮਦੇ ਆ ਉਦੋਂ ਰਾਜਨੀਤੀ ਦਾ ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਜੰਮਦੇ ਆ, ਉਹਨੂੰ ਤਾਂ ਜੰਮਦੇ ਬੱਚੇ ਨੂੰ ਤੁਰਨਾ ਵੀ ਰਾਜਨੀਤੀ ਸਟੈਪ ਸਿਖਾਇਆ ਜਾਂਦਾ, ਠੀਕ ਹੈ। ਸਾਡੇ ਜਵਾਕ ਬਿਲਕੁਲ, ਅਸੀਂ ਤਾਂ ਨੋਨ ਪੋਲੀਟੀਕਲ ਬੈਕਗਰਾਊਂਡ ਹੈ ਇਹਦੀ ਵੀ ਮੇਰੀ ਵੀ, ਸਾਡੇ ਮੈਕਸੀਮਮ ਦੀ 1-2 ਨੂੰ ਛੱਡ ਕੇ ਨੋਨ ਪੋਲੀਟੀਕਲ ਆ ਸਾਰੇ। ਮੈਂ ਕਹਿੰਦੀ ਹਾਂ ਪਰਮਾਤਮਾ ਕਰੇ ਸਾਡੇ ਕਿਸੇ ਨੂੰ ਤਜਰਬਾ ਨਾ ਆਵੇ, ਲੋਕਾਂ ਨੂੰ ਲੁੱਟਣ ਦਾ ਨਾ ਆਵੇ, ਸਾਡੇ ਕਿਸੇ ਨੂੰ ਤਜਰਬਾ ਨਾ ਆਵੇ ਪੰਜਾਬ ਦੇ ਹੱਕ ਖੋਣ ਦਾ, ਸਾਡੇ ਸਾਰਿਆਂ ਨੂੰ ਤਜਰਬਾ ਆਵੇ ਪੰਜਾਬ ਦੇ ਦਰਦ ਲੈ ਕੇ ਅੰਦਰ ਜਾਣ ਦਾ, ਆਪਦੇ ਲੋਕਾਂ ਦੇ ਲੜਨ ਦਾ, ਸਾਡੇ ਸਭ ਨੂੰ ਤਜਰਬਾ ਆਵੇ। ਮੈਂ ਇੱਕੋ ਹੀ ਗੱਲ ਤੁਹਾਡੇ ਮਾਧਿਅਮ ਨਾਲ ਕਹਿੰਦੀ ਹਾਂ ਲੋਪੀ ਸਾਹਿਬ ਨੂੰ, ਬਈ ਸਭ ਤੋਂ ਵੱਡਾ ਪੰਜਾਬ ਦਾ ਇਤਿਹਾਸਕ ਦਿਨ ਹੁੰਦਾ ਬਜਟ, ਤੁਸੀਂ ਬਜਟ 'ਤੇ ਬੋਲਣਾ ਹੀ ਪਸੰਦ ਨਹੀਂ ਕਰਦੇ, ਬਜਟ ਸੁਣਨਾ ਹੀ ਪਸੰਦ ਨਹੀਂ ਕਰਦੇ, ਬਜਟ 'ਤੇ ਬਹਿਸ ਪਸੰਦ ਨਹੀਂ ਕਰਦੇ। ਮੁੱਖ ਮੰਤਰੀ ਕਹਿੰਦਾ ਮੈਂ ਟਾਈਮ ਦੇਣਾ ਬੈਠੋ, ਤੁਸੀਂ ਕਹਿੰਦੇ ਨਹੀਂ ਨਹੀਂ ਅਸੀਂ ਬਾਹਰ ਮੀਡੀਆ 'ਚ ਜਾਵਾਂਗੇ, ਵੀ ਅੰਦਰ ਜਿਹੜਾ ਬੋਲਣਾ ਉਹ ਤਾਂ ਬੋਲੋ, ਤੁਸੀਂ ਗਵਰਨਰ ਐਡਰੈਸ ਵਾਲੇ ਦਿਨ ਵੀ ਤੁਸੀਂ ਕਰੀ ਜਾਂਦੇ ਹੋ, ਗਵਰਨਰ ਐਡਰੈਸ 'ਤੇ ਤੁਸੀਂ ਡਿਸਕਸ਼ਨ ਕਰੋ। ਖੁੱਲ੍ਹਾ ਸੱਦਾ ਦਿੱਤਾ ਇੱਕ ਦਿਨ ਮੁੱਖ ਮੰਤਰੀ ਸਾਹਿਬ ਨੇ ਵੀ ਕੋਈ ਰੂਲਿੰਗ ਪਾਰਟੀ ਨੂੰ ਟਾਈਮ ਨਹੀਂ ਮਿਲਣਾ, ਵਿਰੋਧੀ ਧਿਰ ਨੂੰ ਟਾਈਮ ਮਿਲਣਾ, ਆ ਜਾਓ ਡਿਸਕਸ਼ਨ ਕਰੋ ਸਾਡੇ ਨਾਲ। ਪਰ ਡਿਸਕਸ਼ਨ ਕੀ ਕਰਨ, ਕੁਛ ਕੀਤਾ ਹੋਵੇ ਤਾਂ ਡਿਸਕਸ਼ਨ ਕਰਨ। ਸਾਡੇ ਕੋਲ ਤਾਂ ਅੱਜ ਵੀ ਖੁੱਲ੍ਹਾ ਚੈਲੰਜ ਆ, ਸਾਡੇ 1 ਸਾਲ ਦੇ ਕੰਮ ਰੱਖ ਲਓ, ਆਪਦੇ 70-75 ਸਾਲਾਂ ਦੇ ਕੰਮ ਰੱਖ ਲਓ, ਅਸੀਂ ਫਿਰ ਵੀ ਅੱਗੇ ਨਿਕਲਾਂਗੇ, ਅਸੀਂ ਫਿਰ ਵੀ ਅੱਗੇ ਨਿਕਲ ਜਾਣਾ, ਅਤੇ ਤੁਸੀਂ ਬਹਿਸ ਤਾਂ ਕਰੋ। ਉਹ ਕਹਿੰਦੇ ਵੀ ਗਿਰਾਵਟ ਆ ਗਈ, ਗਿਰਾਵਟ ਨਹੀਂ ਗਈ, ਚੱਕਰ ਇਹ ਆ ਕਿ ਤਾਂ ਪਤਾ ਹੁੰਦਾ ਸੀ ਅੱਛਾ ਇਹ ਐਮ ਪੀ ਬਣ ਗਿਆ, ਇਹਦਾ ਮੁੰਡਾ ਐਮ ਐਲ ਏ ਬਣ ਗਿਆ, ਮੁੰਡੇ ਦਾ ਜੇ ਕੋਈ ਮੁੰਡਾ ਹੈਗਾ ਤਾਂ ਉਹਨੂੰ ਚੇਅਰਮੈਨ ਬਣਾ ਦਿਉ, ਜੇ ਨੂੰਹ ਬਚਦੀ ਹੈ ਤਾਂ ਉਹਨੂੰ ਵੀ ਕਿਤੇ ਹੋਰ ਖੜਾ ਦਿਉ, ਬਲਾਕ ਸਮਿਤੀ ਦੀ ਚੇਅਰਮੈਨ ਬਣਾ ਦਿਉ। ਅੱਗੇ ਕੀ ਹੁੰਦਾ ਸੀ, ਇਹਨਾਂ ਦੇ ਤਾਂ ਘਰਾਂ ਦੇ ਮੈਂਬਰ ਮੁੱਕ ਜਾਂਦੇ ਸੀ, ਦਿੰਦੇ ਟਿਕਟਾਂ ਦਿੰਦੇ ਨੂੰ, ਮੈਂਬਰ ਵਧਾਉਣੇ ਪੈਂਦੇ ਸੀ, ਕੋਈ ਸੀਰੀ ਨੂੰ ਦੇ ਦਿਉ, ਕੋਈ ਕਿਸੇ ਨੂੰ ਦੇ ਦਿਉ, ਕੋਈ ਕਿਸੇ ਨੂੰ ਦੇ ਦਿਉ, ਜਿਹੜੇ ਇਹਨਾਂ ਨੇ ਗਲਤ ਮਲਤ ਕੰਮ ਕਰਨੇ ਸੀ। ਹੁਣ ਚੱਕਰ ਇਹ ਹੈ, ਜਦੋਂ ਅਸੀਂ 92 ਸਾਹਮਣੇ ਬੈਠੇ ਹੁੰਦੇ ਹਾਂ, ਇਹ ਨਿਗਾਹ ਮਾਰਦੇ ਹੋਣੇ ਹਾਂ ਵੀ ਅੱਛਾ ਇਹ 2 ਕਿੱਲਿਆਂ ਵਾਲਾ ਬੈਠਾ, ਇਹ ਸਾਡੇ ਬਰਾਬਰ ਬਹਿ ਜੂ, ਸਾਡੇ ਬਰਾਬਰ ਬਹਿ ਜੂ, ਅੱਛਾ ਇਹਨਾਂ ਕੋਲ ਗੱਡੀਆਂ ਵੀ ਆਪਦੀਆਂ ਹੈ ਨਹੀਂ, ਹਾਏ ਹਾਏ ਇੰਨੇ ਇਹੋ ਜਿਹੇ ਲੋਕ ਸਾਡੇ ਬਰਾਬਰ ਬੈਠਣਗੇ। ਗਿਰਾਵਟ ਇੱਥੇ ਆਈ ਆ, ਗਿਰਾਵਟ ਜਵਾਨ ਅਤੇ ਵਿਧਾਨ ਸਭਾ ਦੇ ਕੰਮਾਂ 'ਚ ਨਹੀਂ ਆਈ,
गिरावट इस गल दी है, कहिंदे हुंदे सी लोकां दीआं धीआं भैणां नूं राजनीति च जाणा नहीं चाहीदा, सब तों वध गंदी हुंदी है राजनीति, ते आपदी नूं वी राजनीति च, आपदी धी वी राजनीति च। हुण इह भगवंत मान जी ते अरविंद केजरीवाल जी दी सोच है, इह बाबा साहिब अंबेदकर दी सोच है भी जे तुसीं अपणे लोकां नूं हक दिवाउणा सब तों पहलां इत्थे कब्जा करो विधान सभा ते लोक सभा दे विच। इह बाबा साहिब दी सोच ते चल रहे हैं भी जदों तक लोकां ने हक लिखण वाली कलम ते कब्जा नहीं करते उदों तक समाज का सुधार नहीं हो सकता। मेरी इको एक अपील आ सारी अपोजिशन नूं भी असी तुहाडे वांग देखो पहले दिन चक्के बाहर सुट्टता बोलण दा सानूं मौका नहीं सी दिंदे उन्हें, मैं पिछले 5 साल भी उत्थे रही हाँ, सानूं तां इंसान ही नहीं सी गिणदे क्योंकि साडे वर्गे शायद सानूं साडे साडे किते ना किते इहनां नूं कोई ना कोई प्रॉब्लम होवे, पर अज वी असी कहिंदे आ भी असी तुहाडे वांगू नहीं लीडर ऑफ अपोजिशन करांगे, तुसीं बैठो आपदे मुद्दे लैके आओ, पंजाब दे लोकां दी डिबेट करो, असीं सुणन नूं भी तैयार हाँ, असीं तुहाडे वधिया सुझाव भी लैके विच रखांगे जी। शुक्रिया जी। तां सीधे तौर पर आम आदमी पार्टी इस गल नूं लैके लोकां दे विच जा रही है कि जिहड़े लीडर तुसीं पहलां चुण के भेजे 2022 दे विच उह आम घरां दे मुंडे आ, आम घरां दीआं धीआं ने और आम घरां दे सारे लीडर ने, और विरोधी धिरां जिहड़ियां ने उह लगातार इह गल कहिंदियां हैं कि इन्हां नूं राजनीति दे विच विचरन दा पता नहीं, इन्हां नूं मुद्दिआं दा पता नहीं। फिलहाल जलंधर दे लोकां दे हत्थ दे विच फैसला है, अज प्रचार खत्म होण जा रिहा, 2 दिनां बाद वोटां पैणियां और उस तों 3 दिन बाद रिजल्ट आउणा। हाल दी घड़ी लोकां दे हत्थ दे विच फैसला है कि उन्हां नूं किहड़ी पार्टी चंगी लगदी है, किहड़ी पार्टी दीआं नीतियां चंगीआं लगदीआं ने, जिन्हां दा उम्मीदवार उन्हां ने जिता के लोक सभा दे विच भेजणा। अपने सहयोगी गुरसिमरन सिंह नाल मैं रवि संग्राहू दा अनम्यूट जलंधर।